ਅੱਜ ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਦੇ ਮਾਲਿਕ ਗੁਰਸ਼ਰਨ ਸਿੰਘ ਅਤੇ ਉਹਨਾਂ ਦੇ ਪਰਿਵਾਰ ਸਮੇਤ ਕਰਵਾਇਆ ਗਿਆ ਸੁਖਮਣੀ ਸਾਹਿਬ ਜੀ ਦਾ ਪਾਠ। ਪਾਠ ਦੀ ਸਮਾਪਤੀ ਦੇ ਬਾਅਦ ਕੀਰਤਨ ਅਤੇ ਭਜਨ ਗਾਏ ਗਏ। ਇਸ ਮੌਕੇ ਉੱਤੇ ਸਾਰੀ ਸੰਗਤ ਨੂੰ ਲੰਗਰ ਵੀ ਵੰਡਿਆ ਗਿਆ। ਸ਼ਿੰਗਾਰ ਸਿਨੇਮਾ ਦੇ ਮਾਲਿਕ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਸਾਡੀ ਨਿਊ ਸਤਲੁਜ ਟਰਾਂਸਪੋਰਟ ਬਹੁਤ ਹੀ ਪੁਰਾਣੀ ਹੈ। ਇਹ ਟਰਾਂਸਪੋਰਟ 1945 ਤੋਂ ਚੱਲਦੀ ਆ ਰਹੀ ਹੈ ਅਤੇ ਪੰਜਾਬ ਵਿੱਚ 50 ਤੋਂ ਵੱਧ ਬੱਸਾਂ ਚੱਲਦੀਆਂ ਹਨ। ਉਹਨਾਂ ਨੇ ਕਿਹਾ ਕਿ ਅੱਜ ਸੁਖਮਣੀ ਸਾਹਿਬ ਜੀ ਦਾ ਪਾਠ ਕਰਵਾਉਣ ਦਾ ਉਦੇਸ਼ ਹੈ ਕਿ ਵਾਹਿਗੁਰੂ ਜੀ ਦੀ ਸਾਡੇ ਉੱਤੇ ਕਿਰਪਾ ਬਣੀ ਰਹੇ। ਗੁਰਸ਼ਰਨ ਸਿੰਘ ਜੀ ਨੇ ਦੱਸਿਆ ਕਿ ਇਹ ਪਾਠ ਕਰਵਾਉਣਾ ਸਿਰਫ ਧਰਮਕਤਾ ਦੀ ਦਿਸ਼ਾ ਵਿੱਚ ਇੱਕ ਕਦਮ ਨਹੀਂ ਹੈ, ਸਗੋਂ ਸਾਡੇ ਧੰਨਵਾਦ ਅਤੇ ਸੇਵਾ ਦੇ ਲਾਭਾਂ ਨੂੰ ਸਾਂਝਾ ਕਰਨ ਦਾ ਇੱਕ ਤਰੀਕਾ ਵੀ ਹੈ। ਇਹ ਦਿਨ ਸਾਡੇ ਲਈ ਧਾਰਮਿਕ ਮਹੱਤਤਾ ਵਾਲਾ ਹੈ ਅਤੇ ਸਾਨੂੰ ਆਪਣੇ ਪੂਰਵਜਾਂ ਦੇ ਸੁਨਹਿਰੀ ਸਮੇਂ ਨੂੰ ਯਾਦ ਕਰਨ ਅਤੇ ਉਹਨਾਂ ਦੀਆਂ ਦਾਤਾਂ ਦੀ ਕਦਰ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਮੈਂ ਗੁਰਚਰਨ ਸਿੰਘ, ਸ਼ਿੰਗਾਰ ਸਿਨੇਮੇ ਦਾ ਮਾਲਕ, ਇੱਥੇ ਅਸੀਂ ਸੁਖਮਣੀ ਸਾਹਿਬ ਦਾ ਪ੍ਰਕਾਸ਼ ਕੀਤਾ। ਨਿਊ ਸਤਲੁਜ ਟਰਾਂਸਪੋਰਟ ਕੰਪਨੀ ਜਲੰਧਰ ਵਾਲੀ ਜਿਹੜੀ ਮੈਂ ਖਰੀਦੀ ਹੋਈ ਹੈ ਉਹ ਅੱਗੇ ਚਲਾਉਣ ਲਈ ਸਰਦਾਰ ਬਲਜੀਤ ਸਿੰਘ ਔਰ ਸਰਦਾਰ ਸ਼ੇਰਾ ਸਿੰਘ ਇਹਨਾਂ ਨੂੰ ਇਹ ਸੰਭਾਲ ਰਹੇ। ਸਰਦਾਰ ਜੀ ਨੇ ਸਾਨੂੰ ਕੰਪਨੀ ਚਲਾਉਣ ਵਾਸਤੇ ਜ਼ਿੰਮੇਵਾਰੀ ਦਿੱਤੀ ਆ, ਉਸਨੂੰ ਆਪਣੀ ਮਨ ਤਨ ਨਾਲ ਪੂਰਾ ਮਿਹਨਤ ਕਰਾਂਗੇ ਜੀ ਨੂੰ ਅੱਗੇ ਜਿੱਤ ਤੱਕ ਵਧਾਇਆ ਜਾਵੇ ਤਾਂ ਵਧਾਵਾਂਗੇ। ਬਾਕੀ ਹੋਰ ਅਪਡੇਟਸ ਲਈ ਬਣੇ ਰਹੋ ਖਬਰੀ ਲਾਲ ਟੀਵੀ ਦੇ ਨਾਲ। ਧੰਨਵਾਦ।